सो अज जो किसान संघर्ष चलता रहा जिथे कि अज बहुत बड़ा पूरे पंजाब दे विच पूरे देश दे विच जिहड़ा बंद आ उहनू आम जनता वालों बहुत समर्थन दिता गया आ। तो अज रौड़का कलां फलौर जडियाले इलाके दे विच वी जिहड़ा लोकां वालों भारी जिहड़ा उह समर्थन है बंद नूं दिता गया। सो अज रौड़का कलां तों वख वख पिंडां तों जिहड़े इकट्ठे होए आ कुल हिंद किसान सभा दे बैनर थले जिहड़ी आ किसान जथेबंदियां जिहड़ियां ते होर जिहड़े आगू आ ਉਹ ਦਿੱਲੀ ਨੂੰ ਰਵਾਨਾ ਹੋਣ ਜਾ ਰਿਹਾ। ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਤਾਂ ਉਹਨਾਂ ਤੋਂ ਪੁੱਛਾਂਗੇ ਇਹਨਾਂ ਦੀ ਕੀ ਤਿਆਰੀ ਆ ਅਤੇ ਜਿਹੜੀ ਗੱਲਬਾਤ ਚੱਲ ਰਹੀ ਉਹਦੇ ਬਾਰੇ ਇਹਨਾਂ ਦੇ ਹੁਣ ਕੀ ਵਿਚਾਰ ਆ ਕਿਸਾਨ ਸੰਘਰਸ਼ ਬਾਰੇ। ਹਾਂਜੀ ਸਰ, ਹਾਂਜੀ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਦੇ ਹਾਂ ਵੀ ਪੂਰੇ ਹਿੰਦੁਸਤਾਨ ਲੈਵਲ 'ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਬੰਦ ਦਾ ਸੱਦਾ ਦਿੱਤਾ ਸੀ, ਲਗਭਗ ਉਹ ਅੱਜ ਸਾਰਾ ਦੇਸ਼ ਮੁਕੰਮਲ ਤੌਰ 'ਤੇ ਬੰਦ ਰਿਹਾ ਅਤੇ ਉਸ ਤੋਂ ਬਾਅਦ ਅਸੀਂ ਅੱਜ ਦਿੱਲੀ ਲਈ ਰਵਾਨਾ ਹੋਣ ਜਾ ਰਹੇ ਹਾਂ ਜਿਹੜਾ ਉੱਥੇ ਜਿਹੜੀਆਂ 460-470 ਦੇ ਕਰੀਬ ਜਿਹੜੀਆਂ ਜਥੇਬੰਦੀਆਂ ਕਿਸਾਨਾਂ ਔਰ ਮਜ਼ਦੂਰਾਂ ਦੀਆਂ ਜਿਹੜੀਆਂ ਇਹ ਸੰਘਰਸ਼ ਲੜ ਰਹੀਆਂ ਉਹਦੇ ਤਹਿਤ ਅਸੀਂ ਅੱਜ ਦਿੱਲੀ ਨੂੰ ਰਵਾਨਾ ਹੋ ਰਹੇ ਹਾਂ। ਸੋ ਅੱਜ ਦਾ ਜਿਹੜਾ ਸੰਘਰਸ਼ ਹੈਗਾ ਉਹਦੇ ਵਿੱਚ ਜਿੱਦਾਂ ਦੇਖਦੇ ਹਾਂ ਜਿਹੜੇ ਮੇਨ ਆਗੂ ਸਾਰੇ ਆ ਹੈਗੇ ਸਾਰੀਆਂ ਜਿਹੜੀ ਮਰਜ਼ੀ ਧਿਰ ਆ ਉਹ ਲਗਭਗ ਸਾਰੇ ਦਿੱਲੀ ਪਹੁੰਚੇ ਅਤੇ ਅੱਜ ਦਾ ਜਿਹੜਾ ਸਮਰਥਨ ਜਿਹੜਾ ਆਮ ਪਬਲਿਕ ਦਾ ਇਸ ਸੰਘਰਸ਼ ਨੂੰ ਬਹੁਤ ਜ਼ਿਆਦਾ ਮਿਲ ਰਿਹਾ ਅਤੇ ਇਸ ਚੀਜ਼ ਨੂੰ ਆਪਾਂ ਕਿੱਦਾਂ ਦੇਖਦੇ ਹਾਂ? ਜਿਹੜਾ ਅੱਜ ਦਾ ਇਹ ਬੰਦ ਸੀਗਾ ਨਾ, ਬੇਸ਼ੱਕ ਜ਼ਿਆਦਾ ਲੀਡਰਸ਼ਿਪ ਦਿੱਲੀ ਆ ਪਰ ਉਹਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਸੀ ਇਹਨੂੰ ਬੰਦ ਦਾ, ਚਾਹੇ ਉਹ ਘਰਾਂ 'ਚ ਟੀ ਵੀ ਮੂਹਰੇ ਬੈਠੇ ਆ ਜਾਂ ਸੋਸ਼ਲ ਮੀਡੀਆ ਨਾਲ ਵੀ ਲੋਕ ਜੁੜੇ ਆ, ਹਰੇਕ ਬੱਚੇ ਦੀ ਜ਼ਬਾਨ 'ਤੇ ਇੱਕੋ ਹੀ ਗੱਲ ਆ ਵੀ ਅਸੀਂ ਦਿੱਲੀ ਜਾਣਾ ਆ, ਅਸੀਂ ਇਹਨੂੰ ਬੰਦ ਨੂੰ ਸਫਲ ਬਣਾਉਣਾ ਕਿਉਂਕਿ ਅੱਜ ਸਾਰੀਆਂ ਧਿਰਾਂ ਵੱਲੋਂ ਜਿਹੜਾ ਬੰਦ ਸੀ ਉਹ ਲਗਭਗ ਸਫਲਤਾਪੂਰਵਕ ਰਿਹਾ। ਇਸ ਸੰਘਰਸ਼ ਨੂੰ ਆਪਾਂ ਦੇਖਦੇ ਹਾਂ ਵੀ ਸ਼ੁਰੂ ਤੋਂ 4-5 ਮਹੀਨੇ ਪਹਿਲਾਂ ਚੱਲਿਆ ਸੀਗਾ ਉਹ ਇੱਕ ਸਿਰਫ ਕਿਸਾਨਾਂ ਨਾਲ ਜੁੜ ਕੇ ਨੂੰ ਦੇਖਿਆ ਜਾਂਦਾ ਸੀਗਾ ਪਰ ਜਿਹੜੇ ਹੁਣ ਦੇ ਹਾਲਾਤ ਆ ਇੱਕ ਦੁਕਾਨਦਾਰ ਇੱਕ ਆਮ ਵਰਗ ਜਾਂ ਮਜ਼ਦੂਰ ਆ ਉਹ ਵੀ ਇਸ ਸੰਘਰਸ਼ ਦੇ ਨਾਲ ਪੂਰੀ ਤਰ੍ਹਾਂ ਜੁੜ ਚੁੱਕਾ ਆ ਅਤੇ ਆਪਾਂ ਇਹ ਸੰਘਰਸ਼ ਦਾ ਭਵਿੱਖ ਹੁਣ ਕਿੱਦਾਂ ਦੇਖਦੇ ਹਾਂ? ਦੇਖੋ ਜੀ, ਭਵਿੱਖ ਤਾਂ ਇਹਦਾ ਇਹ ਆ ਵੀ ਜਿੰਨਾ ਚਿਰ ਇਹ ਲੜਾਈ ਆ ਵੀ ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨਾ ਚਿਰ ਜਾਰੀ ਰਹਿਣੀ ਆ ਕਿਉਂਕਿ ਜੇ ਆਪਾਂ ਆਲ ਓਵਰ ਸਾਰੇ ਹਿੰਦੁਸਤਾਨ ਤੋਂ ਬਾਹਰ ਵੀ ਦੇਖੀਏ ਵੀ ਜਿਹੜੇ ਸਾਡੇ ਪੰਜਾਬੀ ਭਰਾ ਜਾਂ ਹਿੰਦੁਸਤਾਨੀ ਭਰਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬੈਠੇ ਆ ਉਹ ਵੀ ਇਹਦੇ ਨਾਲ ਜੁੜ ਚੁੱਕੇ ਆ, ਉੱਥੋਂ ਉਹ ਵੀ ਸਪੋਰਟ ਕਰ ਰਹੇ ਆ, ਭਾਵ ਉਹ ਆਪਣੇ ਆਪੋ ਆਪਣੇ ਮੁਲਕਾਂ ਦੇ ਵਿੱਚ ਰਹਿ ਕੇ ਵੀ ਉਹ ਜਿਹੜਾ ਆ ਇਸ ਪ੍ਰੋਟੈਸਟ ਦੀ ਹਮਾਇਤ ਵੀ ਕਰ ਰਿਹਾ, ਉੱਥੇ ਰੈਲੀਆਂ ਕੱਢ ਰਹੇ ਆ। ਜਿਹੜਾ ਇਹ ਆ ਵੀ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਅੱਗੇ ਜ਼ਰੂਰ ਝੁਕਣਾ ਪੈਣਾ। ਸੋ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਸੰਘਰਸ਼ ਮੂਹਰੇ ਝੁਕਣਾ ਪਏਗਾ ਅਤੇ ਸਾਡੇ ਨਾਲ ਰੋੜਕਾ ਕਲਾਂ ਦੇ ਸਾਬਕਾ ਸਰਪੰਚ ਹੈ ਅਤੇ ਕਾਂਗਰਸ ਆਗੂ ਆ ਮੇਲਾ ਸਿੰਘ ਜੀ, ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਅਤੇ ਇਹ ਜਿਹੜਾ ਸੰਘਰਸ਼ ਚੱਲ ਰਿਹਾ ਆਪਣਾ ਜਿਹੜਾ ਦੁਆਬਾ ਆ ਇਹਨੂੰ ਆਪਾਂ ਕਹਿੰਦੇ ਬੱਬਰਾਂ ਦੀ ਬੱਬਰ ਜਿਹੜਾ ਅਕਾਲੀ ਲਹਿਰ ਸਭ ਤੋਂ ਵੱਡੀ ਲਹਿਰ ਹੈ ਆਪਣੀ ਚੱਲੀ ਆ ਦੁਆਬੇ ਦੀ ਉਹ ਇੱਥੋਂ ਚੱਲੀ ਆ ਅਤੇ ਇਸ ਜਿਹੜਾ ਸੰਘਰਸ਼ ਆ ਇਹਦੇ ਵਿੱਚ ਜਿਹੜੇ ਦੁਆਬੇ ਦੇ ਜਿਹੜੇ ਲੋਕ ਆ ਉਹਨਾਂ ਨੇ ਬਹੁਤ ਵੱਡਾ ਜਿਹੜਾ ਸੰਘਰਸ਼ ਆ ਇੱਥੇ ਜਿੱਥੇ ਪੰਜਾਬ ਵਿੱਚ ਪਾ ਰਹੇ ਦਿੱਲੀ ਪਹੁੰਚੇ ਆ ਉੱਥੇ ਬਾਹਰ ਬਾਹਰ ਮੁਲਕ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਪੰਜਾਬੀ ਲੋਕ ਆ ਦੁਆਬੇ ਦੇ ਗਏ ਆ ਬਾਹਰ, ਉਹਨਾਂ ਦਾ ਜਿਹੜਾ ਯੋਗਦਾਨ ਹੈ ਆਪਾਂ ਉਹਨੂੰ ਕਿੱਦਾਂ ਦੇਖਦੇ ਹਾਂ ਜੀ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਉਹਨਾਂ ਲੜਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਬਿਨਾਂ ਕਿਸੇ ਵਿਤਕਰੇ, ਚਾਹੇ ਉਹ ਕਿਸਾਨ ਨਹੀਂ ਵੀ ਸੀ, ਸਾਰੇ ਮਤਲਬ ਧਰਮਾਂ ਦੇ, ਸਾਰੀਆਂ ਜਾਤਾਂ ਦੇ ਔਰ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕਾਂ ਨੇ ਅੱਜ ਦੇ ਬੰਦ ਨੂੰ ਜਿਹੜਾ ਸਮਰਥਨ ਕੀਤਾ। ਜਿੱਦਾਂ ਤੁਸੀਂ ਇਹ ਸਵਾਲ ਕੀਤਾ ਕਿ ਦੁਆਬਾ ਜਿਹੜਾ ਮਤਲਬ ਬਬਰਾਂ ਦੀ ਧਰਤੀ ਆ, ਬਬਰਾਂ ਦੇ ਨਾਲ ਗਦਰੀਆਂ ਦੀ ਧਰਤੀ ਆ, ਇਹਨਾਂ ਲੋਕਾਂ ਨੇ ਆਹ ਹੀ ਸੰਘਰਸ਼ ਨਹੀਂ ਆਜ਼ਾਦੀ ਲਿਆਉਣ ਦੇ ਵਾਸਤੇ ਜਿੱਥੇ ਬਹੁਤ ਵੱਡੀ ਪੱਧਰ 'ਤੇ ਇਸ ਇਲਾਕੇ ਦੇ ਵਿੱਚ ਉਹ ਗਦਰੀ ਪੈਦਾ ਹੋਏ ਆ, ਬਬਰ ਪੈਦਾ ਹੋਏ ਆ, ਇੱਥੋਂ ਤੱਕ ਕਿ ਬਬਰਾਂ ਦੀ ਜਿਹੜੀ ਜਥੇਬੰਦੀ ਦੀ ਨੀਂਹ ਆ ਉਹ ਵੀ ਰੁੜਕਾ ਕਲਾਂ ਦੀ ਧਰਤੀ 'ਤੇ ਰੱਖੀ ਗਈ ਸੀ। ਕਿਸ਼ਨ ਸਿੰਘ ਰੜਗਾਜ ਦੀ ਅਗਵਾਈ ਦੇ ਵਿੱਚ ਪਹਿਲੀ ਮੀਟਿੰਗ ਜਿਹੜੀ ਆ ਰੁੜਕਾ ਕਲਾਂ ਦੇ ਵਿੱਚ ਕੀਤੀ ਗਈ ਸੀ। ਇਸ ਕਰਕੇ ਅਸੀਂ ਦੁਆਬੇ ਵਿੱਚ ਜੰਮੇ ਹਾਂ ਜਾਂ ਇਹਨਾਂ ਪਿੰਡਾਂ ਵਿੱਚ ਜਡਿਆਲਾ ਬਡਾਲਾ ਰੁੜਕੇ ਵਿੱਚ ਜੰਮੇ, ਸਾਨੂੰ ਮਾਣ ਆ ਕਿ ਸਾਡੇ ਇਹਨਾਂ ਪਿੰਡਾਂ ਦੇ ਉਹਨਾਂ ਲੋਕਾਂ ਨੇ ਮਹਾਨ ਕੁਰਬਾਨੀਆਂ ਕਰਕੇ ਜਿੱਥੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣਾ ਅਹਿਮ ਯੋਗਦਾਨ ਮਤਲਬ ਪਾਇਆ ਉੱਥੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਜਾਂ ਜਿੰਨੀਆਂ ਵੀ ਲਹਿਰਾਂ ਹਿੰਦੁਸਤਾਨ ਦੇ ਵਿੱਚ ਚੱਲੀਆਂ, ਚਾਹੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ ਹੋਵੇ, ਚਾਹੇ ਵੱਖ ਵੱਖ ਮੋਰਚਿਆਂ ਦੀ ਹੋਵੇ, ਅਤੇ ਸਾਡੇ ਦੁਆਬੇ ਦੇ ਲੋਕਾਂ ਨੇ ਅਹਿਮ ਰੋਲ ਜਿਹੜਾ ਅਦਾ ਕੀਤਾ ਆ। ਜਿੱਥੋਂ ਤੱਕ ਬਾਹਰ ਵਾਲੇ ਲੋਕਾਂ ਦਾ ਸਵਾਲ ਆ, ਖਾਸ ਕਰਕੇ ਦੁਆਬੇ ਦੇ ਵਿੱਚ ਥੋੜ੍ਹੀਆਂ ਜ਼ਮੀਨਾਂ ਹੋਣ ਕਰਕੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਜਿਹੜਾ ਬਾਹਰਲੇ ਮੁਲਕਾਂ ਨੂੰ ਗਏ ਸੀ, ਉਸ ਵਕਤ ਵੀ ਜਿਹੜੀ ਮਤਲਬ ਜਿਹੜਾ ਗਦਰੀਆਂ ਦੀ ਲਹਿਰ ਸੀ ਉਹ ਇਸ ਇਲਾਕੇ ਦੀ ਮਤਲਬ ਉੱਥੇ ਪੈਦਾ ਕੀਤੀ। ਅੱਜ ਵੀ ਸਾਨੂੰ ਮਾਣ ਆ ਕਿ ਸਾਡੇ ਬਾਹਰ ਵਾਲੇ ਲੋਕ ਆ ਜਿਹੜੇ ਉਹ ਸਾਡੇ ਇਸ ਸੰਘਰਸ਼ ਦਾ ਸਮਰਥਨ ਕਰ ਰਹੇ ਆ, ਉਹਨਾਂ ਤੋਂ ਆਸ ਵੀ ਇਹ ਕੀਤੀ ਜਾ ਸਕਦੀ ਸੀ।
सो जिहड़े साडे पंजाबी लोग आ वाकई जिथे जिहड़ा संघर्ष है पहले इहनूं आम छोटा संघर्ष देख के देखे जा रहा है, पर जिवें ही एक आम पंजाबी आम एन आर आई वीर सारे इहदे विच कुद गया तो एक बहुत वड्डी जिहड़ी लड़ाई है ये हुण बन चुकी है तो सरकार वास्ते एक गले की हड्डी बन चुकी है। सो कामरेड जी हुण जिहड़ा तुहाडा दिल्ली जाण दा प्रोग्राम है ये हुण तुहाडा अगे तो की प्रोग्राम इहदे विच? हुण तां जिहड़ा इस वेले जिहड़ा असीं दिल्ली जा रहे हां, उस तों बाद जिद्दां जिद्दां सानूं किसान सभावां कहणगियां जिद्दां जिद्दां एक्शन आउणगे असीं उहनां दे नाल आ। ਤੁਸੀਂ ਹੁਣ ਅੱਜ ਜਾ ਰਹੇ ਹੋ ਤੇ ਕਿੰਨੇ ਦਾ ਕਿੰਨੇ ਕੁ ਆਪਣੇ ਲੋਕਾਂ ਦਾ ਜੱਥਾ ਹੈ ਅਤੇ ਉੱਥੇ ਕਿੰਨੇ ਦਿਨ ਦਾ ਤੁਹਾਡਾ ਪ੍ਰੋਗਰਾਮ ਹੈ? ਦੇਖੋ ਅਸੀਂ ਅੱਜ ਜਿਹੜੇ ਆ 20 ਕੁ ਦੇ ਕਰੀਬ ਅਸੀਂ ਸਾਥੀ ਜਾ ਰਹੇ ਹਾਂ, ਪ੍ਰੋਗਰਾਮ ਲੰਬਾ ਹੁੰਦਾ ਦੇਖਿਆ ਅਤੇ ਵੱਧ ਵੀ ਲੱਗ ਸਕਦੇ ਆ। ਸੋ ਪ੍ਰੋਗਰਾਮ ਲੰਬਾ ਹੋ ਸਕਦਾ ਅਤੇ ਦਿਨੋ ਦਿਨ ਰਾਤ ਜਿਹੜੇ ਆ ਕਾਫਲੇ ਉਹ ਪਿੰਡਾਂ ਵਿੱਚੋਂ ਨਿਤ ਰਵਾਨਾ ਹੋ ਰਹੇ ਆ। ਆਸ ਕਰਾਂਗੇ ਕਿ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਇਹ ਸੰਘਰਸ਼ ਸਫਲ ਹੋਵੇ ਅਤੇ ਕਾਲੇ ਕਾਨੂੰਨ ਰੱਦ ਹੋਣ। ਸਾਡੇ ਕਿਸਾਨ ਵੀਰ ਜਲਦੀ ਆਪਣੇ ਆਪਣੇ ਘਰੀ ਪਰਤਣ, ਅਸੀਂ ਆਪਣੇ ਚੈਨਲ ਵੱਲੋਂ ਜਾਣ ਵਾਲੇ ਜੱਥੇ ਨੂੰ ਸ਼ੁਭ ਇਸ਼ਾਵਾਂ ਦਿੰਦੇ ਹਾਂ। ਧੰਨਵਾਦ।